ਲਓ ਜੀ ਥਾਲੀ ਆ ਗਈ ਹੈ। ਕੇਕ ਰਿਵੀਲ ਕਰਤੇ ਜੀ, ਸਾਨੂੰ ਪੁੱਛਣ ਦੇ ਕੀ ਖਾਣਾ ਸੀ? ਨਾਲ ਗਏ ਛੋਲੇ। ਇੱਕ ਬੰਦਾ ਨੀ ਬੁਰਾ ਖਾ ਸਕਦਾ। ਕੁੱਤਾ ਪੈਂਦਾ ਹੈ ਲਾ? ਨੋ ਨੋ, ਯਾਰ ਮੇਰੇ ਹਿਸਾਬ ਦੇ ਨਾਲ ਅੱਜ ਕੱਲ੍ਹ ਕੰਟੈਂਟ ਹੀ ਮੁੱਕ ਗਿਆ ਵਾ, ਸਿਰਫ ਇੱਕੋ ਕੰਟੈਂਟ ਰਹਿ ਗਿਆ ਲੋਕਾਂ ਵੱਲੋਂ, ਸਿਰਫ ਫੂਡ ਵਲੌਗ। ਅਤੇ ਹਾਂਜੀ ਕਿ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੇ, ਆਈ ਹੋਪ ਕਿ ਸਾਰੇ ਜਣੇ ਕੈਂਡ ਹੋਵੋਗੇ। ਸੋ ਅੱਜ ਵਲੌਗ ਆਉਂਦੇ ਜੀ, ਪਤਾ ਨਹੀਂ ਯਾਰ ਮੇਰਾ ਦਿਲ ਕਿੱਦਾਂ ਮੈਂ ਵਲੌਗ ਬਣਾਉਣਾ ਪਿਆ ਵਾ। ਅਤੇ ਅੱਜ ਹੈਗਾ ਜੀ ਮੇਰੇ ਯਾਰ ਗੁਰਸਾਹਿਬ ਦਾ ਜਨਮ ਦਿਨ, ਉਹਦੇ ਬਰਥਡੇ ਪਾਰਟੀ 'ਤੇ ਚੱਲੇ ਹਾਂ। ਅਤੇ ਸਭ ਤੋਂ ਪਹਿਲਾਂ ਯਾਰ ਕੇਕ ਕਟਾਵਾਂਗੇ ਉਹਦੇ ਘਰ ਚੱਲਦੇ, ਕੇਕ ਕੂਕ ਲੈ ਕੇ ਅਤੇ ਕੇਕ ਲੈਣ ਜਾਣਾ ਵਾ। ਅਤੇ ਮੋਟਾ ਆਉਂਦਿਆ ਵਾ, ਹੈਪੀ ਹੋਏ ਚੱਲਦੇ। ਸਭ ਤੋਂ ਪਹਿਲਾਂ ਕੇਕ ਲੈਣੇ ਵੇਖਦੇ ਕਿਹੜਾ ਕੇਕ ਲੈਂਦੇ ਹਾਂ। ਵਲੌਗ ਨੂੰ ਐਂਡ ਤੱਕ ਵੇਖੋ, ਲਾਈਕ ਕਮੈਂਟ ਸ਼ੇਅਰ ਕਰ ਦਿਓ ਯਾਰ। ਆਪਣਾ ਪਲੈਨ ਬਣਾਉਂਦੇ ਹਾਂ ਅੱਜ ਕਿ ਕੇਸ਼ਵ ਦੇ ਢਾਬੇ ਜਾਣ ਦਾ, ਜਾਂ ਹੋਰ ਕਿਤੇ ਦੋ ਜਗ੍ਹਾ ਡਿਸਾਈਡ ਹੈਗੀ ਆ, ਉਹ ਦੋਵਾਂ 'ਚ ਵੇਖਦੇ ਹਾਂ ਕਿੱਥੇ ਜਾਂਦੇ ਹਾਂ। ਵਲੌਗ ਨੂੰ ਸਟਾਰਟ ਕਰਦੇ। ਯਾਰ ਮੇਰੇ ਹਿਸਾਬ ਦੇ ਨਾਲ ਅੱਜ ਕੱਲ੍ਹ ਕੰਟੈਂਟ ਹੀ ਮੁੱਕ ਗਿਆ ਵਾ, ਸਿਰਫ ਇੱਕੋ ਕੰਟੈਂਟ ਰਹਿ ਗਿਆ ਲੋਕਾਂ ਵੱਲੋਂ, ਸਿਰਫ ਫੂਡ ਵਲੌਗ। ਫੂਡ ਵਲੌਗਿੰਗ ਕਰ ਲਓ ਜਾਂ, ਤੁਹਾਨੂੰ ਪਤਾ ਅੱਜ ਕੱਲ੍ਹ ਲੋਕ ਪਸੰਦ ਹੀ ਉਹੀ ਕਰਦੇ ਆ, ਜਾਂ ਅਪਲੋਡ ਹੀ ਉਹੀ ਹੁੰਦੇ ਜ਼ਿਆਦਾਤਰ ਯੂਟਿਊਬ 'ਤੇ। ਅਤੇ ਟਾਈਮ ਯਾਰ ਮਿਲਦਾ ਨਹੀਂ ਕਿਸੇ ਦੁਕਾਨ 'ਤੇ ਜਾਣਾ, ਉੱਥੇ ਵੀਡੀਓ ਸ਼ੂਟ ਕਰਨਾ, ਫਿਰ ਖਾ ਪੀ ਕੇ ਆਉਣਾ, ਫਿਰ ਘਰ ਐਡਿਟ ਕਰਨਾ, ਉਹ ਸੀਨ ਯਾਰ ਜ਼ਿਆਦਾ ਹੋ ਜਾਂਦਾ ਵਾ। ਤਾਂ ਕਰਕੇ ਯਾਰ ਕਿ ਕੰਟੈਂਟ ਹੋਵੇ, ਫਿਰ ਵੀ ਬੰਦਾ ਚਾਹੁੰਦਾ ਵਾ ਕਿ ਆਪਾਂ ਚਲੋ ਵਲੌਗ ਬਣਾਈਆਂ ਕਰੀਏ, ਤਾਂ ਵੀ ਕੰਟੈਂਟ ਨਹੀਂ ਹੈਗਾ, ਇਸ ਕਰਕੇ ਨਹੀਂ ਮੈਂ ਅਪਲੋਡ ਕਰਦਾ। ਕੋਸ਼ਿਸ਼ ਕਰਦਾ ਮੈਂ ਜਦੋਂ ਕੋਈ ਨਾ ਕੋਈ ਦਿਨ ਮਿਲੇ ਜਾਂ ਕਿਤੇ ਜਾਈਏ ਸ਼ੂਟ ਕਰ ਲੈਂਦਾ। ਚਲੋ ਜੀ, ਜਿਆਦੀ ਬਣੀ ਆ ਗਏ ਜੀ। ਹਾਂਜੀ, ਕਿੱਥੇ ਜਾਣਾ ਕੇਕ ਲੈਣ ਫਿਰ? ਚਲੋ ਯਾਰ, ਗਰਮੀ ਵੀ ਬਹੁਤ ਜ਼ਿਆਦਾ ਹੋ ਗਈ ਜੀ, ਟਾਈਮ 7 ਵੱਜ ਚੁੱਕੇ ਆ ਯਾਰ, 7:15 ਹੋ ਚੁੱਕੇ ਆ। ਅਤੇ ਵੇਖ ਲਓ ਯਾਰ, ਹਾਲੇ ਲੱਗਣ ਦਾ ਕਿਸੇ ਪਾਸੇ ਕੀ ਹਨੇਰਾ ਪਏ ਆ, ਚੱਲਦੇ ਹਾਂ। 3 hours later। ਹਾਂਜੀ ਜੀ, ਫਾਈਨਲੀ ਆ ਚੁੱਕੇ ਨੇ ਜੀ, ਹੈਪੀ ਬਰਥਡੇ ਜੀ। ਥੈਂਕ ਯੂ ਮੇਰੇ ਬ੍ਰੋ, ਲਵ ਯੂ। ਅਤੇ ਹੁਣ ਆਪਾਂ ਚੱਲੇ ਸਭ ਤੋਂ ਪਹਿਲਾਂ ਅਸੀਂ ਦਸਾਂ ਮੱਥਾ ਟੇਕਣ, ਅਤੇ ਮੋਟੇ ਹੁਣ ਗਏ ਨੇ ਕੇਕ ਲੈਣ, ਅਤੇ ਆਪਾਂ ਮੱਥਾ ਟੇਕ ਕੇ ਆਉਂਦੇ ਹਾਂ। ਫਿਰ ਵੇਖੀ ਕਿੱਦਾਂ ਕਰਨਾ ਵਾ। ਕਹਿੰਦੇ ਤਾਂ ਬੈਟ ਬਾਲ ਕਹਿੰਦੇ, ਓਕੇ ਬੋਰਡ ਵਿਕਟ ਆਉਣੀ ਚਾਹੀਦੀ, ਵਿਕਟ। ਕੁੱਤਾ ਪੈਂਦਾ ਹੈ ਲਾ? ਨੋ ਨੋ, ਬੁੱਗੇ ਨੋ ਬੁੱਗੇ। ਜੈ ਹਿੰਦ ਦੋਸਤੋ। ਭਾਈ ਨੇ ਪਿੱਛੇ ਲੱਤ ਮਾਰੀ, ਫੇਰ ਸੀ ਆਈ ਉਹ। ਮੈਂ ਗੁਰਸਾਹਿਬ ਗਿਆ ਗੱਡੀ ਪਾਰਕਿੰਗ ਚਲਾਉਣ ਵਾਸਤੇ, ਫਿਰ ਆਪਾਂ ਚੱਲਦੇ ਹਾਂ। ਫਿਲਮ ਦੇ ਛੋੜ ਤੇ ਆਇਆ, ਵੈਸੇ ਲਾਈਟ ਥੋੜੀ ਬਲਿੰਕ ਕਰਦੀ ਆ। ਹੋਰ ਮੰਨੇ ਭਾਈ, ਕੀ ਹਾਲ ਜੇ? ਵਧੀਆ ਭਾਈ, ਤੁਸੀਂ ਦੱਸੋ। ਹਾਂਜੀ, ਲੈ ਆਏ ਕੇਕ ਫਿਰ, ਓਕੇ ਰਿਪੋਰਟ ਕਰਾਈਏ। ਇੱਧਰ ਜੀ 2 ਕੇਕ ਆ ਗਏ ਆ ਜੀ। ਕੀ ਲਿਖਾਇਆ ਵਾ ਇੱਕ ਦੇ? ਵਧੀਆ ਜੀ। ਹਾਂਜੀ ਬਹੁ ਜੀ, ਤੁਸੀਂ ਅਸੀਂ ਫਿਰ ਸੇਵਾ ਕਰਨ ਦੀ ਕੀ ਗੱਲ ਹੈ? ਅੱਜ ਵੀਰਵਾਰ ਹੈਗਾ, ਅੱਜ ਪਾਣੀ ਚੱਲੇਗਾ। ਕੇਕ ਰਿਵੀਲ ਕਰਦੇ ਜੀ, ਕੇਕ ਦਿਖਾਇਆ ਜੀ ਸਾਹਿਬ, ਇੱਕ ਦੀ ਜੀ ਗੁਰਸਾਹਿਬ ਨਿਊ ਫਲਾਵਰ ਸਕੂਲ, ਠੀਕ ਹੈ ਜੀ। ਸਕੂਲ ਦਾ ਨਾਮ ਨਾਲ ਰਖਾਇਆ ਗੁਰਸਾਹਿਬ ਨਿਊ ਫਲਾਵਰ। ਭਰਾ ਪਲਵਾਨ ਦੇ ਢਾਬੇ ਗਏ ਆ, ਪਲਵਾਨ ਦੇ ਢਾਬੇ ਆ। ਕੀ ਜੋਕ ਮਾਰਾ ਬਾਈ, ਮੈਂ ਕਿਹਾ ਤੁਹਾਡੇ ਢਾਬੇ ਹੋਇਆ ਆ ਨੀ ਦਿਆ ਉਹ ਤਾਂ, ਬਾਕੀ ਮਿੱਤਰ ਆਪਾਂ ਪਹੁੰਚ ਚੁੱਕੇ ਆ ਜੀ ਕੇਸ਼ਵ ਦੇ ਢਾਬੇ। ਹਾਂਜੀ, ਕੀ ਆ ਤੇ ਪਹੁੰਚ ਗਏ 10-15 ਮਿੰਟ ਪਹਿਲਾਂ, ਤੇ ਆਪਾਂ ਸਾਹਿਲ ਆਏ ਆ, ਤੇ ਚੱਲਦੇ ਹੁਣ ਆਪਾਂ ਅੰਦਰ, ਇਹਦੀ ਕੀ ਮੋਲਿਆ।
ਆ ਗਏ ਕੱਲ ਆ ਹਾਰਲੇ ਤੇ ਨੀ ਆ ਅੱਜ ਬੋਲਣਾ ਨੀ ਕੁਛ ਬੋਲਣਾ ਨੀ ਕੁਛ ਸ਼ਾਂਤੀ ਲੋਕ ਲੱਗ ਨੀ ਗਏ ਲਾਤਾ ਚੱਲ ਥੱਲੇ ਆਪਣੇ ਬੰਦੇ ਓਕੇ ਰਿਪੋਰਟ ਬਹਿ ਗਏ ਨੇ ਪਹਿਲਾਂ ਆਪਾਂ ਕਿੱਥੇ ਬਹੀਏ ਤੂੰ ਕਿੱਥੇ ਬਹਿਣਾ ਹਾਂ ਕੀ ਕਿਹਾ ਭਰਾ ਉਹ ਭਰਾ ਇੱਥੇ ਉਹਨੇ ਬਹਿਣਾ ਵਾ ਵੱਡੇ ਬੋਏ ਨੇ ਜਿੱਥੇ ਬਹੀ ਨਾ ਰੋਜ਼ ਮਤਲਬ ਢਾਬੇ ਤੇ ਆਪਾਂ ਪਹੁੰਚ ਚੁੱਕੇ ਹਾਂ ਅਤੇ ਇੱਥੇ ਹੁਣ ਕੀ ਔਡਰ ਕਰਨਾ ਵਾ ਕੀ ਕਰਨਾ ਥਾਲੀ ਥੁਲੀ ਥਾਲੀ ਔਡਰ ਕਰਨੀ ਹੈ ਹਾਂ ਥਾਲੀ ਵੇਖਣੀ ਹੈ ਵੇਖੋ ਜੀ ਯਾਰ ਖਾਣ ਪੀਣਾ ਸੀ ਲੋਕ ਰਿਪੋਰਟ ਹੈਗਾ ਵਾ ਤੂੰ ਡਾਇਟਿੰਗ ਦੇ ਨਾ ਭਰਾ ਤੇਰੇ ਵਾਸਤੇ ਆ ਵੇਖ ਲੈਮਨ ਆਈਸ ਟੀ ਹਾਂ ਕੋਕ ਵੀ ਨਹੀਂ ਹੈ ਬਲੈਕ ਟੀ ਅੱਛਾ ਲਓ ਜੀ ਆ ਜਸ਼ਨ ਆ ਗਿਆ ਜੀ ਇਹ ਗਿਆ ਸੀ ਆਪਣਾ ਪ੍ਰਮੋਸ਼ਨ ਤੇ ਸਮਾਨ ਲੈ ਗਿਆ ਕਿਉਂ ਵੀ ਤੀਹ ਨਹੀਂ ਖਾਓਗੇ ਨਹੀਂ ਆਪਾਂ ਨਹੀਂ ਖਾਣਾ ਹਾਂ ਪੁੱਛਣ ਤੇ ਕੀ ਖਾਣਾ ਲਾ ਵੇਖਿਆ ਨਹੀਂ ਤੇ ਕਹਿੰਦੇ ਆਪਾਂ ਜਿਮ ਲਵਾ ਲੈ ਗਿਆ ਸਾਨੂੰ ਮੀਲ ਚਾਹੀਦੀ ਹੈ ਤੇ ਬਰਗਰ ਯਾਰ ਬਾਲਾ ਘੈਂਟ ਇਹ ਚਿਕਨ ਚਿਕਨ ਕਰੀ ਵਿਆਜ ਕਰ ਯਾਰ ਸਾਰਾ ਕੰਮ ਸਹੀ ਗਾ ਯਾਰ ਲਓ ਜੀ ਥਾਲੀ ਆ ਗਈ ਹੈ ਇਹ ਫੜੋ ਫਿਰ ਤੁਸੀਂ ਬਰਗਰ ਖਾਧਾ ਨੀ ਇੱਧਰ ਆਉਂਦੀ ਇਹ ਇੱਧਰ ਇੱਕ ਦੋ ਤਿੰਨ ਚਾਰ ਥਾਲੀ ਆ ਗਈ ਆ ਦਹੀਂ ਪਕੌੜੇ ਹੈਗੇ ਆ ਨਾਲ ਹੈਗੇ ਛੋਲੇ ਪਨੀਰ ਦਾਲ ਮੱਖਣੀ ਨਾਲ ਸਲਾਦ ਆ ਰਾਇਤਾ ਅਤੇ ਨਾਲ ਦੋ ਲੱਛੇ ਪਕੌੜੇ ਵੇਚਦੇ ਕਿੱਦਾਂ ਦੇ ਅਮਲੋਫਰੇਟ ਦਾ ਵੇਚੋ ਖਾਧੀ ਫੜੋ ਫਿਰ ਖਾਣ ਨਹੀਂ ਦੇ ਨਹੀਂ ਵੇਚਦੇ ਯਾਰ ਪਤਾ ਨਾ ਗੱਲ ਕਰਦੇ ਪਏ ਆ ਆਪਣਾ ਇੱਕ ਘੰਟੇ ਬਾਅਦ ਆ ਜੀ ਵੇਖੋ ਜੀ ਇੱਧਰ ਵੀ ਕੰਮ ਪਿਆ ਜੀ ਇੱਧਰ ਵੀ ਪਿਆ ਇੱਧਰ ਕੰਮ ਖਾਲੀ ਤੇ ਹਾਂ ਖਾਲੀ ਇਹਦੀ ਇਹਦੀ ਆਹ ਵੀਰ ਹੋਣਾਂ ਦੀ ਖਾਲੀ ਹੈ ਇਹ ਜਿਮ ਜਾ ਲਾ ਪਿਆ ਜਿਮ ਤੋਂ ਦੋ ਦਿਨ ਹੋ ਗਏ ਸਟਾਰਟ ਕੀਤਾ ਬਾਕੀ ਯਾਰ ਸਵਾਦ ਦੀ ਗੱਲ ਕਰੀਏ ਸਵਾਦ ਤੇ ਬੁਰੀ ਹੈਗੀ ਪਰ ਹੈਵੀ ਬਹੁਤ ਜ਼ਿਆਦੀ ਹੈ ਇੱਕ ਬੰਦਾ ਨੀ ਬੁਰਾ ਖਾ ਸਕਦਾ ਸਿਰਫ ਇੱਕ ਪਰਾਂਠਾ ਜਾਂ ਹਾਫ ਡੇਢ ਇਹ ਦੋ ਇਹਨਾਂ ਦੀ ਪੂਰੀ ਖਾ ਸਕਦਾ ਵੇਖੋ ਜੀ ਅਸਲੀਅਤ ਵੇਖੋ ਜੀ ਅਸਲੀਅਤ ਅਸਲੀਅਤ ਤੇ ਰੋਟੀ ਖਾਣ ਤੋਂ ਬਾਅਦ ਆਪਾਂ ਆ ਗਏ ਜੀ ਇੱਧਰ ਰਣਜੀਤ ਐਵਨਿਊ ਵਾਲੀ ਸਾਈਡ ਤੇ ਵੈਸੇ ਇੱਧਰ ਗੇੜੀ ਗੂੜੀ ਲਾਉਣ ਆਏ ਹਾਂ ਹਾਰ ਲਏ ਆਪਣੇ ਆਪਾਂ ਸਾਰੇ ਇੱਥੇ ਰੱਖਦੇ ਆ ਜੀ ਵੇਖੋ ਜੀ ਇੱਕ ਦੋ ਤਿੰਨ ਚਾਰ ਪੰਜ ਲੈ ਲੱਗੇ ਵਿਦਾਈ ਓਕੇ ਆਵਾਂਗਾ ਰਾਤੀ ਫਿਰ ਆ
ਪੈਟਰੋਲ ਦੇ ਟੈਨਸ਼ਨਾਂ ਲੱਗ ਗਿਆ ਜਿਸ ਦਿਨਾਂ ਤੇ ਮੁੱਕ ਗਿਆ।